ਵਿਵੇਕ ਤੋਂ ਬਾਅਦ ਸਵਾਗਤ ਹੈ। ਇਹ ਅੱਧਾ ਘੰਟੇ ਦਾ ਜਿਹੜਾ ਹੁਣ ਪ੍ਰੋਗਰਾਮ ਆ ਅੱਗੇ ਸਪੈਸ਼ਲ ਸੈਗਮੈਂਟ, ਅਸੀਂ ਉਹਨਾਂ ਸਾਰੇ ਕਮਿਊਨਿਟੀ ਲੀਡਰਸ ਨੂੰ ਜ਼ਰੂਰ ਆਪਣੀ ਸ਼ਰਧਾਂਜਲੀ ਜਿਹੜੀ ਹੈਗੀ ਉਹ ਭੇਟ ਕਰਨਾ ਚਾਹੁੰਦੇ ਹਾਂ। ਪਰ ਉਹਨਾਂ ਸਾਰੇ ਕਮਿਊਨਿਟੀ ਲੀਡਰਸ ਦੇ ਵਿੱਚੋਂ ਇੱਕ ਕਮਿਊਨਿਟੀ ਲੀਡਰ ਜਿਨ੍ਹਾਂ ਦੇ ਉੱਤੇ ਅਸੀਂ ਖਾਸ ਚਰਚਾ ਵੀ ਕਰਾਂਗੇ ਔਰ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਾਂਗੇ। ਮੈਂ ਗੱਲ ਕਰ ਰਿਹਾ ਇੱਥੇ ਡਾਕਟਰ ਚਰਨ ਸਿੰਘ, ਜੋ ਕਿ ਸੰਤ ਪ੍ਰੇਮ ਸਿੰਘ ਸੁਸਾਇਟੀ ਜਿਹੜੀ ਹੈਗੀ ਹੈ ਐਂਡ ਬਾਬਾ ਮੱਖਣ ਚੌਂ ਲੁਬਾਣਾ ਸਿੱਖ ਸੈਂਟਰ ਦੇ ਨਾਲ ਵੀ ਉਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਰਾਬਤਾ ਵੀ ਰਿਹਾ। ਕੋਵਿਡ-19 ਕਰਕੇ, ਇਸ ਮਹਾਂਮਾਰੀ ਕਰਕੇ ਉਹ ਇਸ ਦੁਨੀਆ ਦੇ ਵਿੱਚ ਹੁਣ ਸਾਡੇ ਨਾਲ ਨਹੀਂ ਰਹੇ। ਉਹਨਾਂ ਦੀ ਜੀਵਨ ਲੀਲਾ ਇਸ ਕੋਵਿਡ-19 ਨੇ ਸਮਾਪਤ ਕਰ ਦਿੱਤੀ। ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਡੇ ਨਾਲ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ, ਜੋ ਕਿ ਸਾਡੇ ਨਾਲ ਜੁੜ ਚੁੱਕੇ ਨੇ, ਸਿੱਖ ਬੁੱਧੀਜੀਵੀ ਨੇ, ਅਤੇ ਨਾਲ ਹੀ ਜਸਵਿੰਦਰ ਸਿੰਘ ਜੱਸੀ, ਜੋ ਕਿ ਪ੍ਰੈਜੀਡੈਂਟ ਨੇ ਸੰਤ ਪ੍ਰੇਮ ਸਿੰਘ ਸੁਸਾਇਟੀ ਦੇ। ਦੋਵਾਂ ਦਾ ਅਸੀਂ ਸਵਾਗਤ ਕਰਦੇ ਹਾਂ। ਔਰ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਹੋਰਾਂ ਤੋਂ ਕਰਨਾ ਚਾਹਾਂਗਾ। ਮੈਂ ਚਾਹਾਂਗਾ ਕਿ ਉਹ ਡਾਕਟਰ ਚਰਨ ਸਿੰਘ ਬਾਰੇ ਸਾਨੂੰ ਦੱਸਣ ਕਿਸ ਤਰੀਕੇ ਦੀ ਉਹਨਾਂ ਦਾ ਜੀਵਨ ਰਿਹਾ ਔਰ ਕਿਸ ਤਰੀਕੇ ਦੇ ਵਿਅਕਤੀ ਸੀਗੇ। ਮੈਂ ਸਵਾਗਤ ਕਰਦਾ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਹੋਰਾਂ ਦਾ। ਢੇਸੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਭਾਈ ਸਾਹਿਬ ਜੀ, ਪ੍ਰੋਫੈਸਰ ਸਾਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਮੌਕੇ ਤੇ ਜਿਹੜਾ ਬਿਖੜਾ ਸਮਾਂ ਚੱਲ ਰਿਹਾ, ਇਸ ਬਿਖੜੇ ਸਮੇਂ ਦੇ ਉੱਤੇ ਜੋ ਕੁਝ ਵਾਪਰ ਰਿਹਾ ਸਾਰੀਆਂ ਕਮਿਊਨਿਟੀਜ਼ ਨਾਲ, ਸਾਰੇ ਲੋਕਾਂ ਨਾਲ, ਖਾਸ ਤੌਰ ਤੇ ਨਿਊਯਾਰਕ ਵਿੱਚ, ਉਹ ਬਹੁਤ ਹੀ ਸਮਝ ਲਓ ਵੀ ਇਸ ਤਰ੍ਹਾਂ ਦਾ ਬਿਖੜਾ ਸਮਾਂ ਆ ਗਿਆ ਕਿ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਚਲੀਆਂ ਜਾਣੀਆਂ। ਮੈਂ ਜਸ ਪੰਜਾਬੀ ਰਾਹੀਂ ਉਹਨਾਂ ਸਾਰੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਜਿਹੜੀਆਂ ਚਲੀਆਂ ਗਈਆਂ। ਸਾਰੀਆਂ ਬਹੁਤ ਕੀਮਤੀ ਸੀ, ਸਾਰਿਆਂ ਨੇ ਪਤਾ ਨਹੀਂ ਜ਼ਿੰਦਗੀ ਵਿੱਚ ਕੀ ਕੀ ਅਣਮੁੱਲੇ ਕੰਮ ਕਰਨੇ ਸੀ, ਆਪਣੇ ਪਰਿਵਾਰ ਪਾਲਣੇ ਸੀ ਔਰ ਆਪਣੀਆਂ ਜਥੇਬੰਦੀਆਂ ਚਲਾਉਣੀਆਂ ਸੀ। ਬਹੁਤ ਧੱਕਾ ਲੱਗਿਆ ਜਦੋਂ ਪਤਾ ਲੱਗਿਆ ਇੱਕ ਦੋ ਦਿਨ ਪਹਿਲਾਂ ਡਾਕਟਰ ਚਰਨ ਸਿੰਘ, ਜਿਹੜੇ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸਟੱਡੀ ਦੇ ਰੂਹੇ ਰਵਾਂ ਸੀ, ਉਹ ਚਲਾਉਣਾ ਕਰਕੇ ਸੀ ਕੋਵਿਡ-19 ਕਰਕੇ। ਡਾਕਟਰ ਚਰਨ ਸਿੰਘ ਦੀ ਸ਼ਖਸੀਅਤ ਬੇਮਿਸਾਲ ਸੀ, ਉਹ ਦਰਸ਼ਨੀ ਬੰਦੇ ਸੀ, ਉਹਨਾਂ ਦੇ ਬੋਲ ਵਿੱਚ ਬੜੇ ਗੁਣ ਸੀ, ਉਹਨਾਂ ਨੂੰ ਜਥੇਬੰਦਕ ਕੰਮ ਵੀ ਕਰਨੇ ਆਉਂਦੇ ਸੀ ਔਰ ਉਹਨਾਂ ਨੇ ਸੰਤ ਪ੍ਰੇਮ ਸਿੰਘ ਉਹਨਾਂ ਦੇ ਜਿਹੜੇ ਕਾਰਜਕਾਲ ਸੀਗੇ, ਉਹਨਾਂ ਨੇ ਜਿਹੜਾ ਸਿੱਖੀ ਦੇ ਗੱਲ ਨਾ ਕਰੀ, ਐਜੂਕੇਸ਼ਨ ਦੀ ਗੱਲ ਨਾ ਕਰੀ, ਸਮਾਜ ਸੁਧਾਰ ਦੀ ਗੱਲ ਨਾ ਕਰੀ, ਉਸ ਲਈ ਬਹੁਤ ਕੰਮ ਕੀਤਾ ਡਾਕਟਰ ਚਰਨ ਸਿੰਘ। ਉਹ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸਟੱਡੀ ਦੇ ਸੈਕਟਰੀ ਹੀ ਨਹੀਂ ਸੀਗੇ, ਲੇਕਿਨ ਮੁੱਖ ਜਥੇਬੰਦਕ ਸੀਗੇ। ਉਹਦੇ ਤੋਂ ਪਹਿਲਾਂ ਵੀ ਆਪਣੇ ਜੀਵਨ ਵਿੱਚ ਉਹ ਹਮੇਸ਼ਾ ਸੰਘਰਸ਼ ਵਿੱਚ ਰਹੇ। ਪਾਕਿਸਤਾਨ ਤੋਂ ਬਾਅਦ 1950 ਵਿੱਚ ਇੱਧਰ ਪ੍ਰੇਮਪੁਰਾ ਪਿੰਡ ਵਿੱਚ ਟਾਂਡੇ ਦੇ ਕੋਲ ਉਹਨਾਂ ਦਾ ਜਨਮ ਹੋਇਆ। ਉਹ ਤਿੰਨ ਭਰਾ ਨੇ, ਭਾਈ ਬਲਦੇਵ ਸਿੰਘ ਇੰਡੀਆ 'ਚ ਨੇ, ਕੁਲਬੀਰ ਸਿਉਣੀ ਇੱਥੇ ਨੇ, ਅਤੇ ਵੱਡੇ ਸੀ ਸਾਰਿਆਂ ਤੋਂ, ਅਤੇ ਪਰਿਵਾਰ ਦੇ ਵੀ ਸੰਚਾਲਕ ਸੀ, ਪਰਿਵਾਰ ਨੂੰ ਅਗਵਾਈ ਦੇਣ ਵਾਲੇ ਸੀ, ਬੜੇ ਮਿੱਠ ਬੋਲ ਰਹੇ ਸੀ ਔਰ ਇਹ ਜਿਹੜੀ ਜ਼ਿੰਦਗੀ ਉਹਨਾਂ ਨੇ ਸਾਰੀ ਦੀ ਸਾਰੀ ਸਿੱਖ ਸੰਘਰਸ਼ ਨੂੰ ਸਮਰਪਿਤ ਕੀਤੀ ਹੋਈ। ਉਹ ਗੁਰਚਰਨ ਸਿੰਘ ਚੌੜਾ ਜਿਹੜੇ 27 ਸਾਲ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਧਾਨ ਰਹੇ, ਉਹਨਾਂ ਦੇ ਵੀ ਅੰਗ ਸੰਗ ਰਹੇ ਔਰ ਧਰਮ ਯੁੱਧ ਮੋਰਚੇ ਵਿੱਚ ਵੀ ਉਹਨਾਂ ਨੇ ਬਹੁਤ ਕਾਰਨਾ ਕਾਲੀ। ਡਾਕਟਰ ਜਗਜੀਤ ਸਿੰਘ ਚੌਹਾਨ ਨਾਲ ਉਹਨਾਂ ਦੀ ਬਹੁਤ ਨੇੜਤਾ ਸੀ, ਜਿਹਨਾਂ ਨੇ ਪਹਿਲੀ ਵਾਰ ਸਿੱਖ ਸਟੇਟ ਦਾ ਨਾਰਾ ਚੁੱਕਿਆ। ਉਹਨਾਂ ਦੇ ਨਾਲ ਉਹਨਾਂ ਦੇ ਹਸਪਤਾਲ ਵਿੱਚ ਇਹ ਡਾਕਟਰ ਚੰਦ ਸਿਉਣੀ ਕੰਮ ਕਰਦੇ ਸੀ, ਇਸੇ ਕਰਕੇ ਉਹਨਾਂ ਦੇ ਨਾਂ ਨਾਲ ਇਲਾਕੇ ਦੇ ਵਿੱਚ ਡਾਕਟਰ ਸ਼ਬਦ ਜੁੜਿਆ ਹੋਇਆ ਸੀ।
ਉਹ ਡਾਕਟਰੀ ਦੀ ਦੁਕਾਨ ਹਸਪਤਾਲ ਵਿੱਚ ਹੀ ਨਹੀਂ ਸੀ ਕੰਮ ਕਰਦੇ, ਸੇਵਾ ਵੀ ਕਰਦੇ ਸੀ। ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਉਹਨਾਂ ਵਿੱਚ ਸੇਵਾ ਦਾ, ਸਿਮਰਨ ਦਾ, ਸਹਿਯੋਗ ਦਾ, ਸੰਗਤ ਨਾਲ ਪ੍ਰੇਮ ਕਰਨ ਦਾ ਬਹੁਤ ਜਜ਼ਬਾ ਸੀ। ਇੱਥੇ ਨਿਊਯਾਰਕ ਵਿੱਚ ਆ ਕੇ ਵੀ ਉਹ ਹਮੇਸ਼ਾ ਸੰਘਰਸ਼ ਵਿੱਚ ਰਹੇ। ਉਹਨਾਂ ਨੇ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੋਸਾਇਟੀ ਦੇ ਮੋਢੀਆਂ ਵਿੱਚੋਂ ਸੀ, ਸਕੱਤਰ ਦੇ ਤੌਰ ਤੇ 20-25 ਹਜ਼ਾਰ ਦੇ ਇਕੱਠ ਨੂੰ ਸੰਭਾਲਣਾ, ਔਰ ਸਟੇਜ ਦੇ ਤੌਰ ਤੇ ਸਾਰਿਆਂ ਨੂੰ ਸਮੇਂ ਸਮੇਂ ਸਿਰ ਟਾਈਮ ਦੇਣਾ, ਔਰ ਕਿਸੇ ਨੂੰ ਮੱਥੇ ਵੱਟ ਨਹੀਂ ਪਾਉਣਾ, ਇਹ ਉਹਨਾਂ ਦਾ ਗੁਣ ਸੀ। ਉਹ ਇਹਨਾਂ ਦੀ ਸਿੱਖ ਕਲਚਰ ਸੋਸਾਇਟੀ ਦੇ, ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੋਸਾਇਟੀ ਦੇ ਇਹ ਕਹਿ ਦਿਓ ਵੀ ਧੁਰਾ ਬਣ ਕੇ ਜਿਉਂਦੇ ਰਹੇ ਜਿੰਨਾ ਚਿਰ ਵੀ ਰਹੇ। ਜਦੋਂ ਵੀ ਉਹਨਾਂ ਨੂੰ ਅਸੀਂ ਯਾਦ ਕਰਾਂਗੇ ਉਹਨਾਂ ਦੀ ਘਾਟ ਮਹਿਸੂਸ ਹੋਏਗੀ। ਉਹਨਾਂ ਨੂੰ ਅਸੀਂ ਉਹਨਾਂ ਦੀ ਮਿਹਨਤੀ ਸੀ ਸਿੱਖ ਖਿੱਚ ਹੈ ਜਿਹੜੀ ਚੁੰਬਕੀ ਖਿੱਚ, ਉਹ ਹਮੇਸ਼ਾ ਮੈਨੂੰ ਖਾਸ ਤੌਰ ਤੇ ਯਾਦ ਰਹੇਗੀ। ਮੈਨੂੰ ਪਤਾ ਮੈਂ 4-5 ਸਾਲ ਲਗਾਤਾਰ ਸੰਤ ਪ੍ਰੇਮ ਸਿੰਘ ਦੀ ਬਰਸੀ ਤੇ ਉਹਨਾਂ ਨੂੰ ਮਿਲਦਾ ਰਿਹਾ, ਔਰ ਮੈਨੂੰ ਹਮੇਸ਼ਾ ਇਹ ਲੱਗਿਆ ਕਿ ਉਹ ਬੇਮਿਸਾਲ ਇਨਸਾਨ ਵੀ ਸੀ। ਪਿਛਲੇ ਜੇ ਸਾਲ ਪਹਿਲਾਂ ਜਦੋਂ ਉਹਨਾਂ ਦਾ ਬੇਟਾ ਚਲਾਣਾ ਕਰ ਗਿਆ ਤੇ ਪਰਿਵਾਰ ਚ ਪਹਿਲਾਂ ਦੁੱਖ ਨਹੀਂ, ਆਹ ਵੱਡਾ ਦੁੱਖ ਇਹ ਆ ਵੀ ਆਪ ਵੀ ਚਲੇ ਗਏ, ਹੁਣ ਧਰਮ ਪਤਨੀ ਵੀ ਬਿਮਾਰ ਆ, ਅਰਦਾਸ ਕਰਦੇ ਉਹ ਠੀਕ ਹੋ ਜਾਣ। ਮੈਂ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਔਰ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਇਹਨੇ, ਔਰ ਖਾਸ ਤੌਰ ਤੇ ਉਹਨਾਂ ਦੇ ਭਾਈ ਕੁਲਬੀਰ ਸਿੰਘ ਬਿਰਲਾ ਜਿਹਨਾਂ ਨੂੰ ਕਹਿੰਦੇ ਆ, ਜਿਹਨਾਂ ਪਿਆਰ ਨਾਲ ਬਿਰਲਾ ਇੱਥੇ ਕਿਹਾ ਜਾਂਦਾ, ਉਹਨਾਂ ਨੂੰ ਆਤਮਕ ਸ਼ਾਂਤੀ, ਉਹਨਾਂ ਨੂੰ ਪਿਆਰ ਜਿਹੜਾ ਖੁਸ ਗਿਆ ਉਹਨਾਂ ਦਾ, ਉਹਨੂੰ ਚੱਲਣ ਦਾ ਬਲ ਬਖਸ਼ੇ। ਔਰ ਪਰਿਵਾਰ ਦੇ ਨਾਲ ਅਸੀਂ ਸਾਰੇ ਖੜੇ ਹਾਂ। ਜਸ ਪੰਜਾਬੀ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰੇ ਗਏ ਹੋਇਆਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਅੱਧਾ ਘੰਟਾ ਰਿਜ਼ਰਵ ਕੀਤਾ। ਔਰ ਬੀਬੀ ਪੈਣੀ ਦਾ ਖਾਸ ਤੌਰ ਤੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੱਕ ਮਿੰਟ ਵੀ ਨਹੀਂ ਲਾਇਆ ਇਹ ਫੈਸਲਾ ਕਰਦਿਆਂ ਕਿ ਸਾਨੂੰ ਇਹ ਇੱਕ ਸੈਸ਼ਨ ਇਸ ਕੰਮ ਲਈ ਕਰਨਾ ਚਾਹੀਦਾ ਕਿ ਅਸੀਂ ਉਹਨਾਂ ਵਿਛੜਿਆ ਹੋਇਆ ਨੂੰ ਸਾਰੇ ਜਿਹੜੇ ਚਲੇ ਗਏ, ਹੋਰ ਵੀ 70-75 ਪੰਜਾਬੀ ਨਿਊਯਾਰਕ ਦੇ ਵਿੱਚ ਚਲੇ ਗਏ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਮੁਹੱਬਤ ਨਾਲ ਯਾਦ ਕਰਦੇ ਹਾਂ ਕਿਉਂਕਿ ਉਹ ਮੁਹੱਬਤ ਦੀ ਡੋਰ ਹੀ ਹੈ ਜਿਹੜੀ ਸਾਨੂੰ ਜੋੜਦੀ ਹੈ। ਮੁਹੱਬਤ ਹੀ ਹੈ ਇੱਕ, ਉਹ ਸਾਹਮਣੇ ਨਜ਼ਰ ਆਉਂਦੇ ਆ ਇਹਨਾਂ ਦੀ ਸਾਰੇ ਟੀਮ ਦੇ ਮੈਂਬਰ। ਮੈਂ ਸਮਝਦਾ ਕਿ ਵੀਡੀਓ ਜਿਹੜੀ ਹੈ ਇਹ ਜਿਹਦੇ 'ਚ ਜਗੀਰ ਸਿੰਘ ਕਲੀਲ ਹੋਣੀ, ਢਿੱਲੋਂ ਸਾਹਿਬ, ਉਹ ਸਾਰੇ ਬਾਬੂ ਜਗਿੰਦਰ ਸਿੰਘ ਹੋਣੀ, ਉਹ ਸਾਰੇ ਨਜ਼ਰ ਆ ਰਹੇ ਨੇ ਜਿਹਨਾਂ ਦੇ ਅੰਗ ਸੰਗ ਰਹੇ ਹਮੇਸ਼ਾ। ਡਾਕਟਰ ਸਾਹਿਬ ਸਾਰੀ ਸਟੱਡੀ ਮਹਿਸੂਸ ਕਰਦੀ ਆ ਕਿ ਡਾਕਟਰ ਸਾਹਿਬ ਤੋਂ ਬਿਨਾਂ ਅਸੀਂ ਕਿਵੇਂ ਚੱਲਾਂਗੇ। ਪਰਿਵਾਰ ਨੂੰ ਜਿਹੜਾ ਘਾਟਾ ਪਿਆ, ਕਮਿਊਨਿਟੀ ਨੂੰ ਬਹੁਤ ਵੱਡਾ ਘਾਟਾ ਪਿਆ, ਔਰ ਖਾਸ ਤੌਰ ਤੇ ਪ੍ਰਧਾਨ ਸਾਹਿਬ ਆਪਣੇ ਆਪ ਨੂੰ ਉਹਨਾਂ ਤੋਂ ਬਿਨਾਂ ਅੱਧੇ ਅਧੂਰੇ ਮਹਿਸੂਸ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਨਰਿੰਦਰ ਸਿੰਘ ਢੇਸੀ, ਤੁਸੀਂ ਸ਼ਰਧਾਂਜਲੀ ਜਿਹੜੀ ਆ ਭੇਟ ਕੀਤੀ ਡਾਕਟਰ ਚਰਨ ਸਿੰਘ ਹੋਰਾਂ ਨੂੰ। ਮੇਰੇ ਨਾਲ ਹੁਣ ਮੌਜੂਦ ਨੇ ਜਸਵਿੰਦਰ ਸਿੰਘ ਜੱਸੀ ਜੋ ਕਿ ਮੁੱਖ ਸੇਵਾਦਾਰ ਹਨ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ, ਸਾਡੇ ਨਾਲ ਉਹ ਵੀ ਜੁੜ ਚੁੱਕੇ ਨੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਜੱਸੀ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦਾ ਯੋਗਦਾਨ ਕੀ ਰਿਹਾ, ਔਰ ਉਹਦੇ ਵਿੱਚ ਡਾਕਟਰ ਚਰਨ ਸਿੰਘ ਹੋਰਾਂ ਦਾ ਕੀ ਯੋਗਦਾਨ ਰਿਹਾ, ਅੱਜ ਜੋ ਸਾਡੇ ਵਿੱਚ ਨਹੀਂ ਨੇ ਪਰ ਉਹਨਾਂ ਦੀ ਯਾਦਾਂ ਜ਼ਰੂਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਹਰਕੀਤ ਸਿੰਘ ਜੀ, ਮੈਂ ਸਭ ਤੋਂ ਪਹਿਲੇ ਜਸ ਪੰਜਾਬੀ ਦਾ ਤਹਿ ਦਿਲੋਂ ਧੰਨਵਾਦ ਹਾਂ
ਜਿਹੜੇ ਅੱਜ ਦਾ ਸਮਝਦੇ ਹਾਂ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਇੱਕ ਬਹੁਤ ਅੱਛੇ ਨਿਧੜਕ ਲੀਡਰ ਸਨ ਡਾਕਟਰ ਚਰਨ ਸਿੰਘ ਜੀ, ਉਹਨਾਂ ਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਮੌਕਾ ਬਖਸ਼ਿਆ, ਜਿਹੜਾ ਆਣ ਕੇ ਮੈਂ ਸਮਝਦਾ ਕਿ ਇਹ ਵਿਸ਼ੇਸ਼ ਧੰਨਵਾਦ ਹੈ ਜਸ ਪੰਜਾਬੀ। ਔਰ ਦੂਸਰੇ ਸਭ ਤੋਂ ਪਹਿਲੇ ਮੈਂ ਜਸ ਪੰਜਾਬੀ ਦੇ ਔਰ ਆਪ ਜੀ ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਆਪ ਜੀ ਨੇ ਕੁਸਚਨ ਕੀਤਾ ਹੈਗਾ ਕਿ ਡਾਕਟਰ ਸਾਹਿਬ ਦਾ ਕੀ ਯੋਗਦਾਨ ਰਿਹਾ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਚ। ਮੈਂ ਸਮਝਦਾ ਵਾਂ ਕਿ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ 90 ਦੇ ਵਿੱਚ ਐਸਟੈਬਲਿਸ਼ ਕੀਤੀ ਸੀ ਨਿਊਯਾਰਕ ਦੇ ਵਿੱਚ। ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ 1990 ਦੇ ਵਿੱਚ ਜਦ ਤੋਂ ਕੰਟੀਨਿਊਸਲੀ ਆਣ ਕੇ, ਔਰ ਸਮਝਦੇ ਹਾਂ ਕਿ ਉਦੋਂ ਅਸੀਂ ਸਾਰੇ ਪੰਜ ਪੰਜ ਚਾਰ ਚਾਰ ਸੱਤ ਸਾਲ ਦਸ ਦਸ ਸਾਲ ਤਕਰੀਬਨ ਹੋਏ ਸੀ ਆਇਆਂ ਨੂੰ, ਤਾਂ ਉਸ ਸੇਵਾ ਦੀ ਭਾਵਨਾ ਨਾਲ ਇਹ ਸਾਡੇ ਡਾਕਟਰ ਚਰਨ ਸਿੰਘ ਮੋਢੀ ਸਨ। ਮਤਲਬ ਸ਼ੁਰੂ ਤੋਂ ਹੀ ਇੱਕ ਧੁਰਾ ਸਨ। ਪੰਥ ਦਾ ਬੜਾ ਦਰਦ ਸੀ ਉਹਨਾਂ ਨੂੰ, ਕੰਮ ਦਾ ਬੜਾ ਦਰਦ ਸੀ। ਜਦੋਂ ਮੈਂ ਇੱਕ ਦੱਸਣ ਲਈ ਫਖਰ ਮਹਿਸੂਸ ਕਰਨਾ, ਡਾਕਟਰ ਚਰਨ ਸਿੰਘ ਜੀ ਨਾਲ ਮੈਨੂੰ 3 ਪੀੜ੍ਹੀਆਂ ਤੋਂ ਮੌਕਾ ਮਿਲਿਆ ਕੰਮ ਕਰਨ ਦਾ। ਮੇਰੇ ਦਾਦਾ ਜੀ ਨਾਲ ਇਹਨਾਂ ਨੇ, ਦਾਦਾ ਜੀ ਦੀ ਟੀਮ ਦੇ ਵਿੱਚ ਇਹਨਾਂ ਨੇ ਇਲੈਕਸ਼ਨ ਲੜੇ ਸੀ ਜਦੋਂ ਇਹ ਬਹੁਤ ਯੰਗ ਸੀ, ਔਰ ਮੇਰੇ ਦਾਦਾ ਜੀ ਮਤਲਬ ਸਿਆਣੀ ਏਜ ਦੇ ਵਿੱਚ ਨੇ। ਉਸ ਤੋਂ ਲੈ ਕੇ ਮੇਰੇ ਪਰਿਵਾਰ ਨਾਲ, ਮੇਰੇ ਚਾਚਾ ਜੀ ਉਹਨਾਂ ਨਾਲ, ਅੱਗੋਂ ਹੁਣ ਪਿਛਲੇ 10-11-12 ਸਾਲ ਤੋਂ ਮੈਨੂੰ ਹਮੇਸ਼ਾ ਗਾਈਡ ਕਰਕੇ, ਮੈਂ ਇਹ ਸਮਝਣਾ ਵੱਡਾ ਭਰਾ ਤੇ ਉਹ ਸਾਰਿਆਂ ਦਾ ਸੀ, ਔਰ ਵੱਡੇ ਭਰਾ ਨੇ ਜਿਸ ਤਰ੍ਹਾਂ ਮੇਰੀ ਟੀਮ ਹੈ ਸਾਰਿਆਂ ਦਾ ਸਤਿਕਾਰ। ਔਰ ਮੈਂ ਡਾਕਟਰ ਸਾਹਿਬ ਦੀ ਇੱਕ ਉਹਨਾਂ ਦੇ ਕੰਮ ਕਾਰ ਦੀ ਕੀ ਸ਼ਲਾਘਾ ਕਰਾਂ, ਨਿਧੜਕ ਸਾਫ਼ ਸੁਥਰਾ ਬੁਲਾਰਾ, ਬਹੁਤ ਅੱਛਾ ਮਿਹਨਤੀ ਇਨਸਾਨ, ਗਿਆਨ ਗੁਰੂ ਦੇ ਪ੍ਰਤੀ ਬਹੁਤ ਗਿਆਨ ਸੀ ਉਹਨਾਂ ਨੂੰ, ਔਰ ਮੈਂ ਸਮਝਣਾ ਹਮੇਸ਼ਾ ਗੁਰਬਾਣੀ ਪੜ੍ਹਦੇ ਰਹਿੰਦੇ ਸੀ। ਉਹਨਾਂ ਨੇ ਮੇਰੇ ਨਾਲ ਹਮੇਸ਼ਾ ਇੱਕ ਦਿਨ ਦੇ ਵਿੱਚ 1-2 ਵਾਰੀ ਗੱਲ ਹੁੰਦੀ ਸੀ, ਜਿਸ ਦਿਨ ਆਪਾਂ ਨੂੰ ਇਹ ਘਾਟਾ ਪਿਆ ਹੈ ਵਿਸਾਖੀ ਵੇਲੇ, ਦਿਨ ਅਰਲੀ ਮਾਰਨਿੰਗ ਮੇਰੇ ਨਾਲ 1 ਦਿਨ ਪਹਿਲੇ ਉਹਨਾਂ ਦੀ ਗੱਲ ਹੋਈ, ਔਰ ਕੰਟੀਨਿਊਸਲੀ 2-2 ਦਿਨ ਗੱਲ ਹੁੰਦੀ ਰਹੀ। ਉਹਨਾਂ ਦੀ ਸ਼ਖਸੀਅਤ, ਡਾਕਟਰ ਸਾਹਿਬ ਦੀ ਸ਼ਖਸੀਅਤ ਨਾ ਸਹਿਣ ਵਾਲਾ ਘਾਟਾ ਹੈ, ਪਰਿਵਾਰ ਨੂੰ ਬਹੁਤ ਘਾਟਾ ਪਿਆ ਹੈ। ਜਿੱਥੇ ਮਤਲਬ ਆਣ ਕੇ ਉਹਨਾਂ ਦੇ ਪਰਿਵਾਰ ਬਹੁਤ ਗੁਰਸਿੱਖ ਪਰਿਵਾਰ ਹੈ, ਗੁਰਸਿੱਖੀ ਦੇ ਵਿੱਚ ਪਰਫੈਕਟ ਹੈ, ਔਰ ਮੈਂ ਸਮਝਦਾ ਕਿ ਇਹਨਾਂ ਦੇ ਪਰਿਵਾਰ ਬੇਟਾ ਇਹਨਾਂ ਦੇ ਘਰੋਂ ਮਤਲਬ ਭੈਣ ਜੀ ਉਹਨਾਂ ਦੇ ਵਿੱਚ ਗੁਰਸਿੱਖੀ ਹੈ, ਡੁੱਲ ਡੁੱਲ ਪੈਂਦੀ ਹੈ ਕਿ ਸਾਰੀ ਜ਼ਿੰਦਗੀ ਜਿਹੜੇ ਹੈਗੇ ਨੇ, ਸਾਰੀ ਜ਼ਿੰਦਗੀ ਜਿਹੜੇ ਨੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੇ ਨੇ। ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਦੇ ਐਡੇ ਵਧੀਆ ਵਰਕਰ ਸੀ ਇਹ, ਇਹਨਾਂ ਨੇ ਆਣ ਕੇ ਗੱਲ ਕਰ ਦੇਣਾ, ਹਰ ਕੰਮ ਇਹਨਾਂ ਨੇ ਆਪ ਕਰਨਾ। ਜਿਸ ਤਰ੍ਹਾਂ ਮੈਂ ਸੁਣਿਆ ਪ੍ਰੋਫੈਸਰ ਢਿੰਸੀ ਜੀ ਉਹਨਾਂ ਨੇ ਦੱਸਿਆ ਹੈਗਾ ਹੈ ਕਿ ਐਡੇ ਐਡੇ ਵੱਡੇ ਵਿਸ਼ਾਲ ਇਕੱਠ ਕਰਨੇ, ਉਹਨਾਂ ਨੂੰ ਫਿਰ ਮੈਨੇਜਮੈਂਟ ਕਰਨੀ, ਉਹਨਾਂ ਨੂੰ ਤਰਤੀਬ ਵਾਰ ਟਾਈਮ ਦੇਣਾ, ਔਰ ਸੀਨੀਅਰ ਵਾਈਜ਼ ਸੀਨੀਅਰ ਇਹਨਾਂ ਨੇ ਜਿਸ ਤਰ੍ਹਾਂ ਮੇਰੇ ਨਾਲ ਬਾਬੂ ਜੋਗਿੰਦਰ ਸਿੰਘ, ਸਰਦਾਰ ਜਗੀਰ ਸਿੰਘ ਜੀ, ਕੁਲਵੀਰ ਸਿੰਘ ਜੀ, ਹਰਬੰਸ ਸਿੰਘ ਢਿੱਲੋਂ ਸਾਹਿਬ, ਸਰਦਾਰ ਕਸ਼ਮੀਰ ਸਿੰਘ ਜੀ ਪ੍ਰਧਾਨ ਸਾਹਿਬ, ਮਾਸਟਰ ਮਨਮੋਹਨ ਸਿੰਘ ਜੀ, ਸਰਦਾਰ ਨਿਹਾਲ ਸਿੰਘ ਜੀ, ਔਰ ਮੈਂ ਸਮਝਦਾ ਕਿ ਤਰ੍ਹਾਂ ਤਰ੍ਹਾਂ ਦੇ ਵੱਡੀ ਸਿਆਣੀ ਉਮਰ ਦੇ ਜਿਹੜੇ ਸਾਰੇ ਆਦਮੀ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਦੇ ਨਾਲ ਜੁੜੇ ਹੋਏ ਨੇ ਵੀਰ ਮੇਰੇ, ਉਹਨਾਂ ਦਾ ਤਰਤੀਬ ਵਾਰ ਧਿਆਨ ਰੱਖਣਾ, ਉਹਨਾਂ ਨੂੰ ਟਾਈਮ ਦੇਣਾ, ਔਰ ਸੰਗਤ ਦੇ ਵਿੱਚ ਇਹ ਨਹੀਂ ਕਦੀ ਆਣ ਦੇਣਾ, ਔਰ ਸਭ ਤੋਂ ਜ਼ਿਆਦਾ ਉਹਨਾਂ ਦੀ ਆਪਣੀ ਜ਼ਿੰਦਗੀ ਦਾ ਮਨੋਰਥੀ ਕੀਰਤਨੀਏ ਔਰ ਕਥਾਵਾਚਕਾਂ ਦਾ ਸਤਿਕਾਰ ਕਰਦੇ ਸੀ, ਔਰ ਜਿਹੜੇ ਕਿਤੇ ਕਿਤੇ ਉਹਨਾਂ ਦਾ ਹਮੇਸ਼ਾ ਕਥਾਵਾਚਕਾਂ ਨਾਲ ਥੋੜਾ ਰਹਿੰਦੇ ਸੀ ਕਿ ਸ਼ੁੱਧ ਬਾਣੀ ਅਸੀਂ ਉਚਾਰਨੀ ਹੈ, ਔਰ ਉਹਨਾਂ ਨੇ ਸੰਥਿਆ ਪਰਪੱਕ ਲਈ ਹੋਈ ਸੀ, ਬੜੇ ਉਪਾਸ਼ਕ ਸਨ। ਜਦੋਂ ਮੈਂ ਸਮਝਦਾ ਦਰਬਾਰ ਸਾਹਿਬ ਤੋਂ ਕੋਈ ਅੱਛੇ ਕੀਰਤਨੀਏ ਆਉਂਦੇ ਸੀ ਕੰਮ ਦੇ ਵਿੱਚੋਂ, ਔਰ ਇੱਕ ਮੈਂ ਸਮਝਦਾ ਵਾਂ ਕਿ ਰੂਟ ਨਾਲ ਜੁੜੇ ਸੀ, ਚਾਹੇ ਉਹ ਪੰਜਾਬ ਦੇ ਵਿੱਚ ਸੀ ਜਦੋਂ ਧਰਤੀ ਨਾਲ ਜੁੜੇ ਸੀ, ਔਰ ਗਰੀਬ ਤੋਂ ਗਰੀਬ ਇਨਸਾਨ ਦੇ ਕੰਮ ਕਰਦੇ ਸੀ, ਔਰ ਦਾਸ ਨੂੰ 15 ਸਾਲਾਂ ਤੋਂ ਮੌਕਾ ਮਿਲਿਆ ਕਿ ਉਹਨਾਂ ਨਾਲ ਨਿਚਰਨ ਦਾ, ਔਰ ਮੈਨੂੰ ਉਹਨਾਂ ਨੇ ਇੱਕ, ਮੈਂ ਸਮਝਦਾ ਮੇਰੇ ਪਿਤਾ ਜੀ ਬਹੁਤ ਪਹਿਲੇ ਚਲੇ ਗਏ ਸੀ, ਮੈਨੂੰ ਸਮਝਦਾ ਇੱਕ ਮੈਨੂੰ ਹੋਰ ਸੱਟ ਲੱਗੀ ਹੈ, ਇਸ ਕਰਕੇ ਇਹ ਮੇਰੇ ਪਿਤਾ ਪੁਰਖ ਸੀ, ਇਹ ਮੇਰਾ ਸਲਾਹਕਾਰ ਬਹੁਤ ਅੱਛੇ ਸੀ, ਵੱਡੇ ਭਰਾ ਸੀ, ਔਰ ਮੈਂ ਸਮਝਦਾ ਮੇਰਾ ਪਿਤਾ ਜੀ ਪਰਸੋਂ ਫਿਰ ਚਲੇ ਗਏ ਨੇ। ਇੱਕ ਮੇਰੀ ਬੇਨਤੀ ਹੈਗੀ ਕਿ ਡਾਕਟਰ ਸਾਹਿਬ ਜੀ ਇਸ ਤਰ੍ਹਾਂ ਦੀ ਸ਼ਖਸੀਅਤ ਸਨ, ਉਸ ਤਰ੍ਹਾਂ ਹੀ ਉਹਨਾਂ ਦਾ ਪਰਿਵਾਰ, ਉਹਨਾਂ ਦੇ ਬ੍ਰਦਰਸ, ਉਹਨਾਂ ਦੇ ਸਾਰੇ ਹੈਗੇ ਨੇ ਭਾਈਚਾਰਕ ਸਨ। ਡਾਕਟਰ ਸਾਹਿਬ ਦੀ ਮੈਂ ਗੱਲ ਕਰਾਂ ਤੇ ਜਿੰਨੇ ਚਿਰ ਮਰਜ਼ੀ ਲੰਬੀ ਗੱਲ ਕਰੀ ਜਾਵਾਂ, ਕਿਉਂਕਿ ਉਹਨਾਂ ਦਾ, ਉਹਨਾਂ ਦੀ ਸ਼ਖਸੀਅਤ, ਉਹਨਾਂ ਦਾ ਕਰੈਕਟਰ, ਉਹਨਾਂ ਦੀ ਮਿਹਨਤ, ਸਾਫ਼ ਸੁਥਰਾ ਵਿਹਾਰ, ਸਾਫ਼ ਧੜਕ ਬੁਲਾਰੇ, ਸਟੇਜਾਂ ਦੇ ਵੱਡੀਆਂ ਤੇ ਰਹਿਣਾ, ਜਿਸ ਤਰ੍ਹਾਂ ਵੀ ਰਹਿਣਾ, ਸਾਫ਼ ਸੁਥਰਾ, ਕਦੀ ਉਹਨਾਂ ਨੇ ਪਾਰਸ਼ੈਲਿਟੀ ਨਹੀਂ ਸੀ ਕੀਤੀ ਹੈਗੀ। ਔਰ ਮੈਂ ਸਮਝਦਾ ਵਾਂ
ਕਿ ਇੱਕ ਸਾਨੂੰ ਬਹੁਤ ਜ਼ਿਆਦਾ ਕਮਿਊਨਿਟੀ ਨੂੰ ਸਿੱਖ ਸਮਾਜ ਨੂੰ ਨਿਊਯਾਰਕ ਦੇ ਕੀ ਪੂਰੀ ਦੁਨੀਆਂ ਦੇ ਵਿੱਚ ਇਹ ਘਾਟਾ ਪਿਆ ਹੈ, ਇਹ ਅਸੀਂ ਨਾ ਪੂਰਾ ਹੋਣ ਵਾਲਾ ਸਾਡਾ ਘਾਟਾ। ਜੱਸੀ ਜੀ ਇਹ ਵੀ ਸੁਣਨ 'ਚ ਆਇਆ ਕਿ ਉਹਨਾਂ ਦੇ ਵਾਈਫ ਅਤੇ ਉਹਨਾਂ ਦੇ ਯੰਗਰ ਸਨ ਵੀ ਇਸ ਟਾਈਮ ਪੋਜ਼ਿਟਿਵ ਨੇ, ਅਤੇ ਉਹਨਾਂ ਦੇ ਬਾਰੇ ਮੈਂ ਜਾਣਨਾ ਚਾਹਾਂਗਾ ਕਿ ਉਹਨਾਂ ਦੀ ਦੇਖਭਾਲ ਦੇ ਲਈ ਜਾਂ ਫਿਰ ਕਿੱਥੇ ਹੋਣੇ ਇਸ ਟਾਈਮ। ਮੇਰੀ ਅੱਜ ਤਾਂ ਗੱਲ ਨਹੀਂ ਹੋਈ ਉਹਨਾਂ ਨਾਲ, ਮਤਲਬ ਕਿ ਉਹਨਾਂ ਕੋਲ ਆਪਣਾ ਸੋਰਸ ਨਹੀਂ ਹੈ ਗੱਲ ਕਰਨ ਦਾ, ਪਰ ਥਰੂ ਫੈਮਿਲੀ ਔਰ ਫੈਮਿਲੀ ਮੈਂਬਰਸ ਮੇਰੀ ਉਹਨਾਂ ਨਾਲ ਗੱਲ ਹੋਈ ਸੀ। ਥੋੜੇ ਫੀਲ ਬੈਟਰ ਕਰ ਰਹੇ ਨੇ, ਜਿਹੜੀ ਕਿ ਸਾਨੂੰ ਥੋੜਾ ਜਿਹਾ ਹੁਣ ਸਾਹ ਸੌਖਾ ਆ ਰਿਹਾ ਹੈ ਉਹਨਾਂ ਬਾਰੇ, ਵਾਈਫ ਬਾਰੇ ਸੁਣ ਕੇ ਔਰ ਪੁੱਤਰ ਬਾਰੇ ਸੁਣ ਕੇ, ਕਿ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਹੈ ਕਿ ਉਹ ਰਾਜ਼ੀ ਖੁਸ਼ੀ ਕਰ ਆਉਣ, ਮਤਲਬ ਆਣ ਕੇ ਗੱਲ ਕਰਦੇ ਨੇ। ਔਰ ਮੈਂ ਸਮਝਦਾ ਵਾਂ ਕਿ ਉਹ ਅੱਜ ਦੇ ਦਿਨ ਦੇ ਵਿੱਚ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਹਸਪਤਾਲ ਜਾਂਦੇ ਨੇ ਨਾ ਬਹੁਤ ਡਰੇ ਹੋਏ ਨੇ ਸਾਰੇ, ਆਪਾਂ ਸਾਰੇ ਜਿਹੜੇ ਹਸਪਿਟਲ ਦੇ ਨਾਂ ਤੋਂ, ਇਹ ਜਿਹੜੀ ਨਾਮਰਾਦ ਬਿਮਾਰੀ ਚੱਲ ਰਹੀ ਪੂਰੀ ਦੁਨੀਆਂ ਦੇ, ਇਹਦੇ ਨਾਂ ਤੋਂ ਹੀ ਡਰੇ ਹੋਏ ਨੇ। ਖਾਸ ਕਰਕੇ ਜਿਸ ਤਰ੍ਹਾਂ ਨਿਊਯਾਰਕ ਏਰੀਆ ਮੈਟਰੋਪੋਲੀਟਨ ਤੇ ਬਹੁਤ ਜ਼ਿਆਦਾ ਇੱਥੇ ਜਿਹੜੀ ਹਵਾ ਵਗ ਰਹੀ ਹੈ ਜੀ। ਉਹਨਾਂ ਦੇ ਬ੍ਰਦਰ ਕੁਲਬੀਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ, ਸੋ ਉਹਨਾਂ ਨੂੰ ਵੀ ਆਪਾਂ ਇੱਕ ਵਾਰੀ ਸੁਣ ਲੈਂਦੇ ਹਾਂ ਕਿ ਉਹ ਕੀ ਕੁਝ ਸ਼ਰਧਾਂਜਲੀ ਜਿਹੜੀ ਹੈਗੀ ਹੈ ਆਪਣੇ ਬ੍ਰਦਰ ਯਾਨੀ ਕਿ ਡਾਕਟਰ ਚਰਨ ਸਿੰਘ ਹੋਰਾਂ ਨੂੰ ਦੇਣਾ ਚਾਹੁੰਦੇ ਨੇ, ਸੋ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਕੁਲਬੀਰ ਸਿੰਘ ਜੀ ਤੁਹਾਡਾ ਸਵਾਗਤ ਹੈ। ਹੈਲੋ ਕੁਲਬੀਰ ਸਿੰਘ ਜੀ, ਤੁਹਾਡਾ ਸਵਾਗਤ ਹੈ, ਤੁਸੀਂ ਔਨ ਏਅਰ ਹੋ, ਤੁਹਾਨੂੰ ਸਾਰੇ ਸੁਣ ਪਾ ਰਹੇ ਨੇ। ਆਈ ਥਿੰਕ ਉਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ, ਸਾਡੀ ਟੀਮ ਕੋਸ਼ਿਸ਼ ਕਰੇਗੀ ਉਹਨਾਂ ਨਾਲ ਮੁੜ ਤੋਂ ਰਾਬਤਾ ਕਾਇਮ ਕਰਨ ਦੀ। ਜੱਸੀ ਜੀ ਤੁਸੀਂ ਕੁਛ ਕਹਿ ਰਹੇ ਸੀਗੇ? ਅੱਛਾ, ਮੈਂ ਇਸ ਕਰਕੇ ਅਸੀਂ ਆਣ ਕੇ, ਮੇਰੀ ਇੱਕ ਬੇਨਤੀ ਹੈ ਕਿ ਸਾਰੇ ਪਰਿਵਾਰਾਂ ਨੂੰ, ਕਿ ਇਹ ਇੱਕ ਅਸੀਂ ਬਹੁਤ ਜ਼ਿਆਦਾ ਮੈਂ ਸਮਝਦਾ ਇੱਕ ਹੋਣਹਾਰ ਲੀਡਰ ਅਸੀਂ ਗੁਆ ਲਿਆ ਜਿੱਥੇ ਅੱਗੇ ਪੂਰੇ ਨਿਊਯਾਰਕ ਪੂਰੀ ਦੁਨੀਆਂ ਅੱਗੇ ਜਿੱਥੇ ਤੱਕ ਜਸ ਪੰਜਾਬੀ ਦੇ ਵਿਊਰਸ ਦੇਖ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਵੀਰ ਜੀ ਘਰਾਂ 'ਚ ਰਹੋ, ਸਭ ਤੋਂ ਅੱਛਾ ਇਲਾਜ, ਕਿਉਂਕਿ ਡਾਕਟਰ ਸਾਹਿਬ ਜਿਹੜੇ ਨੇ ਖੁਦ ਸਾਰਾ ਇਲਾਜ ਜਾਣਦੇ ਸੀ, ਆੜ ਤੋੜ ਜਾਣਦੇ ਸੀ, ਔਰ ਮੈਂ ਸਮਝਦਾ ਕਿ ਸਭ ਤੋਂ ਵੱਡਾ ਇਲਾਜ ਜਿਹੜਾ ਹੈ ਉਹ ਘਰ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਦੇਸੀ ਤਰੀਕੇ ਨਾਲ ਤੁਸੀਂ ਆਪਣੀ ਖਿਆਲ ਰੱਖੋ। ਮੈਂ ਇਹ ਹੀ ਮਤਲਬ ਸਮਝਦਾ ਹੈਗਾ, ਔਰ ਡਾਕਟਰ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਜੋ ਮੈਂ ਆਪਣੇ ਦਿਲੋਂ ਦੇ ਰਿਹਾ ਵਾ, ਮੈਂ ਆਪਣੇ ਸਤਿਕਾਰ ਤੋਂ ਪੂਰੀ ਕੌਮ ਵੱਲੋਂ, ਪੂਰੇ ਭਾਈਚਾਰੇ ਵੱਲੋਂ, ਪੂਰੇ ਸਿੱਖ ਸਮਾਜ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨਾ ਵਾ, ਔਰ ਜਸ ਪੰਜਾਬੀ ਦਾ ਦਿਲੋਂ ਧੰਨਵਾਦ ਕਰਨਾ ਜੀ। ਧੰਨਵਾਦ ਜੱਸੀ ਜੀ, ਤੁਸੀਂ ਸਾਡੇ ਨਾਲ ਜੁੜੇ ਔਰ ਸ਼ਰਧਾਂਜਲੀ ਤੁਸੀਂ ਡਾਕਟਰ ਚਰਨ ਸਿੰਘ ਹੋਰਾਂ ਨੂੰ ਦਿੱਤੀ। ਉਹਨਾਂ ਦੇ ਹੁਣ ਬ੍ਰਦਰ ਕੁਲਬੀਰ ਸਿੰਘ ਸਾਡੇ ਨਾਲ ਜੁੜ ਗਏ ਨੇ। ਕੁਲਬੀਰ ਜੀ ਤੁਹਾਡਾ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਪੈਨ ਪੈਨੀ ਦਾ, ਇਹਦਾ ਵੀ ਭਰਾ ਸੀ ਉਹ, ਤੇ ਪੈਨ ਪੈਨੀ ਦਾ ਮੈਂ ਧੰਨਵਾਦ ਕਰਨਾ ਜਿਹਨੇ ਮੇਰੇ ਭਰਾ ਨੂੰ ਇਸ ਟੀਵੀ ਤੇ ਪੇਸ਼ ਕੀਤਾ ਜੀ। ਉਹਦੀ ਸਿਹਤ ਤੇ ਮੈਂ ਜ਼ਿਆਦਾ ਨਹੀਂ ਬੋਲ ਸਕਦਾ, ਮੈਂ ਬਹੁਤ ਔਖਾ ਵਾ, ਲੇਕਿਨ ਮੇਰੇ ਲਈ ਇੱਕ ਰੱਬ ਮੇਰਾ ਚਲਾ ਗਿਆ, ਔਰ ਮੈਂ ਸੁਣਦਾ ਰਹੀ ਜੱਸੀ ਕਹਿ ਰਹੇ, ਜੱਸੀ ਦਾ ਇਹ ਦੂਜਾ ਪਿਓ ਚਲਾ, ਪਹਿਲਾਂ ਦੇ ਪਿਓ ਦੀ ਡੈਥ ਹੋ ਗਈ ਸੀ, ਉਸ ਤੋਂ ਬਾਅਦ ਨੇ ਮੇਰੇ ਬ੍ਰਦਰ ਨੂੰ ਆਪਣਾ ਪਿਓ ਸਮਝਿਆ ਮੈਂ, ਔਰ ਮੇਰੇ ਬ੍ਰਦਰ ਨੇ ਮੈਨੂੰ ਪਿਓਾਂ ਵਾਲਾ ਹੀ ਨਾਤਾ ਦਿੱਤਾ, ਔਰ ਸਾਰੀ ਨਾਲ ਰੱਖ ਕੇ ਇਹਨੂੰ ਹਰ ਚੀਜ਼ ਨੂੰ ਸਮਝਾਈ ਕਿੱਦਾਂ ਪ੍ਰਧਾਨਗੀ ਕਰਨੀ, ਔਰ ਮੇਰੇ ਲਈ ਇੱਕ ਰੱਬ ਸੀ, ਮੇਰਾ ਇੱਕ ਰੱਬ ਚਲਾ ਗਿਆ ਇਸ ਦੁਨੀਆਂ ਤੇ, ਜੇਕਰ ਮੈਂ ਰੱਬ ਨੂੰ ਮੰਨਦਾ ਸੀ ਜਾਂ ਉਸ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਉਸ ਤੋਂ ਬਾਅਦ ਇਸ ਨੂੰ ਮੈਂ ਆਪਣੇ ਭਰਾ ਨੂੰ ਆਪਣਾ ਰੱਬ ਮੰਨਿਆ ਸੀ। ਮੇਰੀ ਲਾਈਫ ਦੇ ਵਿੱਚ ਇਸ ਮੇਰੇ ਭਰਾ ਨੇ ਮੇਰੇ ਲਈ ਜੋ ਕੀਤਾ, ਮੈਂ ਦੁਨੀਆਂ ਵਿੱਚ ਕੋਈ ਕਿਸੇ ਦਾ ਭਰਾ ਨਹੀਂ ਕਰਦਾ, ਮੈਂ ਇੱਕ ਉਸ ਮਹਾਰਾਜ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ, ਸਾਰੀ ਦੁਨੀਆਂ ਨੂੰ ਮੇਰੇ ਵਰਗਾ ਭਰਾ ਦੇਵੀ, ਮੇਰੇ ਵਰਗਾ ਭਰਾ ਦੇਵੀ, ਔਰ ਇੱਦਾਂ ਦਾ ਮੇਰੇ ਪਿਓ ਦਾ ਵੀ ਨਾਤਾ, ਮੇਰੀ ਮਾਂ ਦਾ ਵੀ ਰੋਲ ਕਿੱਦਾਂ ਕਰਦਾ, ਮੈਂ ਇਕੱਲਾ ਨਹੀਂ ਮੇਰੀ ਸਾਰੀ ਫੈਮਿਲੀ ਨੂੰ, ਔਰ ਮੈਨੂੰ ਪਿੰਡ ਦਾ ਸਰਪੰਚ ਬਣਾਇਆ, ਮੇਰਾ ਭਰਾ ਮੈਨੂੰ ਕਹਿੰਦਾ ਤੂੰ ਜਾ ਇੰਡੀਆ ਜਾ ਕੇ ਪਿੰਡ ਦੀ ਸੇਵਾ ਕਰ, ਮੈਂ ਤੈਨੂੰ ਇੱਥੇ ਇੱਥੋਂ ਬੈਠ ਕੇ, ਔਰ ਮੈਂ 80 ਵੋਟਾਂ ਦੇ ਪਿੰਡ ਵਿੱਚੋਂ ਜਿੱਤਿਆ, ਮੇਰੇ ਭਰਾ ਨਾਲ ਲੋਕਾਂ ਦਾ ਪਿਆਰ ਇੰਨਾ ਸੀ, ਉਹਨਾਂ ਨੇ ਪਿਆਰ ਦਿਖਾਇਆ ਮੈਨੂੰ ਜਾ ਕੇ, ਔਰ ਮੈਂ ਇੱਥੋਂ ਜਾ ਕੇ ਜਿੱਤਿਆ, ਉੱਥੇ ਜਾ ਕੇ ਸਿਰਫ ਮੇਰੇ ਭਰਾ ਦੀ ਹੀ ਇੰਨੀ ਕਰਾਮਾਤ ਸੀ ਕਿ ਮੈਂ 80 ਵੋਟਾਂ ਨਾਲ ਜਿੱਤਿਆ, ਔਰ ਮੇਰਾ ਤੇ ਸਾਰੀ ਦੁਨੀਆਂ ਖੁਸ਼ ਗਈ, ਪਰ ਮੈਂ ਸੰਤ ਬਾਬਾ ਪ੍ਰੇਮ ਸਿੰਘ ਦੀ, ਢਿੱਲੋਂ ਭਾਜੀ ਦੀ, ਸੱਤਾ ਭਾਜੀ ਦੀ, ਜੱਸੀ ਭਾਜੀ ਦੀ, ਮਰੀਕ ਭਾਜੀ ਦੀ, ਪੱਪੀ ਭਾਜੀ ਦੀ,
ਬਾਹੂ ਭਾਜੀ ਦੀ, ਬਾਹੂ ਤੇ ਮੇਰਾ ਭਰਾ ਛੋਟਾ ਭਰਾ ਹੈ, ਕਸ਼ਮੀਰ ਭਰਾ ਜੀ, ਚਰਨ ਭਰਾ ਜੀ ਦੀ, ਮੈਂ ਕਿਹਦਾ ਕਿਹਦਾ ਨਾਲ, ਚਾਚਾ ਜੀ ਮੇਰੇ ਦੋ ਚਾਚੇ ਨੇ, ਚਾਚਾ ਜੀ ਚਾਚਾ ਮਨਮੋਹਨ ਦੀ, ਮੈਂ ਕਿਹਦਾ ਕਿਹਦਾ ਨਾਲ ਲਵਾਂ, ਮੈਨੂੰ ਮੈਨੂੰ ਤੁਸੀਂ ਤੁਸੀਂ ਮਹਿੰਦਰ ਭਰਾ ਜੀ ਦੀ, ਜਰਨੈਲ ਭਰਾ ਜੀ ਦੀ, ਬੁੱਲੇ ਭਰਾ ਜੀ ਦੀ, ਮੈਨੂੰ ਕੈਪਟਨ ਸਾਹਿਬ ਦੀ ਅੱਜ ਕਾਲ ਆਈ, ਇੰਨਾ ਇਹਦਾ ਪਿਆਰ ਜੀ, ਅੱਜ ਕੈਪਟਨ ਸਾਹਿਬ ਦੀ, ਚੀਫ ਮਿਨਿਸਟਰ ਦੀ ਮੈਨੂੰ ਕਾਲ ਆਈ, ਮੈਨੂੰ ਮੇਰੇ ਸੰਗਤ ਭਾਜੀ ਦੀ ਕਾਲ, ਲੱਕੀ ਦੀ ਮੈਨੂੰ ਕਾਲ ਆਈ, ਮੈਂ ਕਿਹਦਾ ਕਿਹਦਾ ਨਾਂ ਲਵਾਂ। ਇਹ ਪਹਿਲਾ ਬੰਦਾ ਹੈ ਜਿਹਦੀ ਹਾਰ ਕਾਲ ਮੈਂ ਅਟੈਂਡ ਕੀਤੀ, ਹਾਰ ਕੇ ਮੈਂ ਜੱਸੀ ਨੂੰ ਕਿਹਾ, ਜੱਸੀ ਤੂੰ ਮੇਰਾ ਭਰਾ ਹੈ, ਤੂੰ ਮੇਰੀ ਸਾਹ ਕਢਾ, ਮੈਂ ਥੱਕ ਗਿਆ, ਮੈਂ ਥੱਕ ਗਿਆ ਵਾ, ਮੇਰੇ ਕੋਲ ਰੋਣ ਨਹੀਂ ਹੁੰਦਾ, ਮੈਂ ਕੀ ਕਰਾਂ, ਮੈਂ ਕਿੱਥੇ ਰੋਵਾਂ, ਮੇਰੇ ਭਰਾ ਲਈ ਸਾਰੇ ਤੁਸੀਂ ਅਰਦਾਸ ਕਰੋ, ਮੇਰੇ ਭਰਾ ਲਈ, ਮੇਰਾ ਭਰਾ ਇਹੋ ਜਿਹਾ ਦੇਵਤਾ, ਸਾਰੀ ਦੁਨੀਆ ਨੂੰ ਇਹੋ ਜਿਹਾ ਭਰਾ ਮਿਲੇ, ਮੇਰੇ ਭਰਾ ਲਈ ਅਰਦਾਸ ਕਰੋ, ਪਲੀਜ਼ ਮੇਰੇ ਭਰਾ ਲਈ ਅਰਦਾਸ ਕਰੋ, ਇਹੋ ਜਿਹਾ ਦੇਵਤਾ ਸਾਰੀ ਦੁਨੀਆ ਨੂੰ ਇਹੋ ਜਿਹਾ ਭਰਾ ਮਿਲੇ। ਮੇਰੀ ਬੇਨਤੀ ਹੈ, ਮੇਰੇ ਔਰ ਮੇਰੀ ਸਾਰੀ ਉਹ ਕਮਿਊਨਿਟੀ ਨੂੰ ਬੇਨਤੀ ਹੈ, ਮੇਰੀ ਹੈਲਪ ਕਰਿਓ, ਮੈਨੂੰ ਭਰਾ ਦਾ ਭੁੱਲ ਜਾ, ਮੈਨੂੰ ਭਰਾ ਭੁੱਲ ਜਾ, ਮੇਰੀ ਤੁਸੀਂ ਹੈਲਪ ਕਰਨੀ, ਮੈਨੂੰ ਮੇਰਾ ਭਰਾ ਭੁੱਲ ਜਾ, ਮੈਂ ਸਾਰਿਆਂ ਦਾ ਦੇਣਦਾਰ ਹੋ ਗਿਆ, ਮੇਰਾ ਭਰਜਾ ਮੈਨੂੰ ਕਰਜਾਈ ਕਰ ਗਿਆ ਸੰਤ ਬਾਬਾ ਪ੍ਰੇਮ ਸਿੰਘ ਤ੍ਰੇਤ ਕਮੇਟੀ ਦਾ, ਮੈਂ ਕਿੱਥੋਂ ਦੇਣ ਦੇਵਾਂਗਾ ਸੰਤ ਬਾਬਾ ਪ੍ਰੇਮ ਸਿੰਘ ਕਮੇਟੀ ਦੀ, ਸਾਰੇ ਭਰਾਵਾਂ ਦੀ ਮੈਂ ਕਿੱਥੋਂ ਤੁਹਾਡੀ ਦੇਣ ਦੇਵਾਂਗਾ, ਔਰ ਮੈਂ ਮੇਰੇ ਤੇ ਕਿਰਪਾ ਕਰੇ ਗੁਰੂ ਮਹਾਰਾਜ, ਮੈਂ ਤੁਹਾਨੂੰ ਡਾਕਟਰ ਬਣ ਕੇ ਵਿਖਾਵਾਂਗਾ, ਮੈਂ ਤੁਹਾਨੂੰ ਡਾਕਟਰ ਦੀ ਭੁੱਲ ਨਹੀਂ ਕਰਨ ਦਿਆਂਗਾ, ਮੈਂ ਤੁਹਾਨੂੰ ਡਾਕਟਰ ਬਣ ਕੇ ਵਿਖਾਵਾਂਗਾ, ਮੇਰੀ ਬੇਨਤੀ ਹੈ, ਮੈਂ ਇੱਕ ਮਾਰਸ਼ਲ ਜਿਹਾ ਆਦਮੀ ਹਾਂ, ਪਰ ਮੈਂ ਤੁਹਾਨੂੰ ਡਾਕਟਰ ਬਣ ਕੇ ਦਿਖਾਵਾਂਗਾ, ਉਹਦੇ ਪੂਰੀਆਂ ਦੇ ਚੱਲਾਂਗਾ, ਮੈਨੂੰ ਮਾਫ ਕਰਿਓ, ਮੇਰੇ ਭਰਾ ਦੀ ਕੋਈ ਵੀ ਗਲਤੀ ਹੋਈ ਮਾਫ ਕਰ ਦਿਓ, ਭੈਣ ਭੈਣੀ ਜੀ ਮੈਂ ਤੁਹਾਡਾ ਧੰਨਵਾਦੀ ਹਾਂ, ਭੈਣ ਤੂੰ ਮੇਰੀ ਭੈਣ ਬਣੀ ਹੈ, ਤੂੰ ਮੇਰੇ ਭਰਾ ਦੀ ਵੀ ਭੈਣ ਹੈ, ਤੂੰ ਮੇਰੇ ਭਰਾ ਦੀ ਵੀ ਭੈਣ ਸੀ, ਅੱਜ ਤੂੰ ਪ੍ਰੋਗਰਾਮ ਕੀਤਾ ਆਪਣਾ ਭਰਾ ਸਮਝ ਕੇ ਕੀਤਾ, ਮੈਂ ਤੇਰੀ ਤੇਰਾ ਤੈਅ ਦਿਲ ਧੰਨਵਾਦੀ ਹਾਂ ਤੇਰਾ ਭੈਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਰਦ ਸਮਝ ਸਕਦੇ ਹਾਂ ਅਸੀਂ, ਕਿਉਂਕਿ ਜਿਸ ਤਰੀਕੇ ਦੀ ਸ਼ਖਸੀਅਤ ਸੀਗੇ ਡਾਕਟਰ ਚਰਨ ਸਿੰਘ, ਔਰ ਉਹ ਜੋ ਦੇਣ ਉਹਨਾਂ ਨੇ ਕਮਿਊਨਿਟੀ ਨੂੰ ਦਿੱਤੀ, ਵਾਕਈ ਉਹ ਕਾਬਲੇ ਤਾਰੀਫ ਸੀਗੀ, ਜਿਵੇਂ ਜਸਵਿੰਦਰ ਸਿੰਘ ਜੱਸੀ ਜੀ ਵੀ ਦੱਸ ਰਹੇ ਸੀਗੇ। ਸੋ ਜੱਸੀ ਜੀ ਕਾਫੀ ਇਸ ਟਾਈਮ ਜਿਹੜਾ ਵੇਖਿਆ ਕਿ ਉਹਨਾਂ ਦੇ ਬ੍ਰਦਰ ਇਮੋਸ਼ਨਲ ਨੇ, ਸੋ ਬਹੁਤ ਮੈਨੂੰ ਲੱਗਦਾ ਕਿ ਜਿਹੜੇ ਹੋਰ ਵੀ ਉਹਨਾਂ ਦੇ ਨਾਲ ਦੇ ਹੋਣਗੇ ਸਾਰੇ ਇਸ ਟਾਈਮ ਵਾਕਈ ਹੀ ਡਾਕਟਰ ਚਰਨ ਸਿੰਘ ਹੋਰਾਂ ਨੂੰ ਯਾਦ ਕਰ ਰਹੇ ਹੋਣਗੇ। ਵੀਰ ਜੀ ਹਰਕੀਰਤ ਸਾਹਿਬ ਜੋ ਮੈਂ ਸਮਝ ਰਿਹਾ ਹੈਗਾ, ਸੰਤ ਬਾਬਾ ਪ੍ਰੇਮ ਸਿੰਘ ਸੋਸਾਇਟੀ ਇੱਕ ਮੈਂ ਸਮਝ ਲਵਾਂ ਕਿ ਉਹਨਾਂ ਨੇ ਆਪਣੇ ਹੱਥੀ ਇਹ ਸਾਰਾ ਕਾਰਜ ਸ਼ੁਰੂ ਕੀਤਾ ਸੀ। ਮੈਂ ਸਮਝਦਾ ਜਿਸ ਤਰ੍ਹਾਂ ਮੇਰੇ ਸਾਥੀ ਸਰਦਾਰ ਅਮਰੀਕ ਸਿੰਘ ਜੀ ਸੰਤ ਬਾਬਾ ਪ੍ਰੇਮ ਸਿੰਘ ਸੋਸਾਇਟੀ ਦੇ ਪ੍ਰਧਾਨ ਨੇ, ਸਤਵਿੰਦਰ ਸਿੰਘ ਸੱਤਾ ਜੀ, ਲਖਵਿੰਦਰ ਸਿੰਘ ਪੱਪੀ ਜੀ ਨੇ, ਬਾਬੂ ਹਰਿੰਦਰ ਸਿੰਘ ਨੇ, ਇਹ ਸਭ ਫਰੰਟ ਲਾਈਨ ਦੇ ਵਰਕਰ ਨੇ, ਔਰ ਮੈਂ ਸਮਝਦਾ ਦਾਸ ਇਹਨਾਂ ਸਾਰਿਆਂ ਤੋਂ ਛੋਟਾ ਹੈਗਾ। ਮੈਂ ਸਮਝਦਾ ਹਮੇਸ਼ਾ ਡਾਕਟਰ ਸਾਹਿਬ ਦੇ ਇਸ਼ਾਰਾ ਕਰਨਾ, ਚਾਹੇ ਅਮਰੀਕ ਸਿੰਘ ਦਾ ਮੇਰੇ ਨਾਲ ਹੁਣ ਥੋੜੇ ਸਮਾਂ ਪਹਿਲੇ ਗੱਲ ਹੋਈ, ਉਹਨਾਂ ਨੇ ਆਣ ਕੇ ਕਿਹਾ ਵੀਰ ਜੀ ਤੁਸੀਂ ਬਾਈਕ ਦਿਓ ਜਸ ਪੰਜਾਬੀ ਤੇ, ਔਰ ਅਸੀਂ ਬਿਲਕੁਲ ਇਕੱਠੇ ਹਾਂ, ਮੇਰਾ ਅਸੀਂ ਉਹਨਾਂ ਦੇ ਫਿਨਰਲ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਅੱਜ ਸਾਨੂੰ ਸਪੈਸ਼ਲ ਜਿਹੜਾ ਡਿਸਟੈਂਸ ਜਿਹੜਾ ਹੈਗਾ ਉਹ ਵੀ ਰੱਖਣਾ ਪਏਗਾ, ਕੋਸ਼ਿਸ਼ ਵੀ ਕਰ ਰਹੇ ਹਾਂ ਔਰ ਅਰਦਾਸ ਵੀ ਕਰਦੇ ਹਾਂ ਕਿ ਉਹਨਾਂ ਦੇ ਵਾਈਫ ਔਰ ਉਹਨਾਂ ਦਾ ਬੇਟਾ ਜਿਹੜਾ ਰਾਜੀ ਖੁਸ਼ੀ ਕਰਕੇ ਘਰ ਆਵੇ, ਤਾਂ ਕਿ ਅਸੀਂ ਕਹਿੰਦੇ ਹਾਂ ਸਾਨੂੰ ਕੋਈ ਸਕੂਨ ਮਿਲੇ। ਅਸੀਂ ਇਸੇ ਤਰ੍ਹਾਂ ਦਾ ਹਮੇਸ਼ਾ ਕਹਿੰਦੇ ਹਾਂ ਕਿ ਡਾਕਟਰ ਸਾਹਿਬ ਦੀ ਨਾ ਪੂਰਾ ਹੋਣ ਵਾਲਾ ਸਾਨੂੰ ਘਾਟਾ ਪਿਆ ਹੈ ਸਾਰਿਆਂ ਦਾ। ਮੇਰੇ ਸਾਥੀ ਸਰਦਾਰ ਕਸ਼ਮੀਰ ਸਿੰਘ ਜੀ, ਸਰਦਾਰ ਵਾਹਿਗੁਰੂ ਤੁਹਾਡਾ ਭਲਾ ਕਰੇ, ਮਿਆਣੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਬਾਬੂ ਜੋਗਿੰਦਰ ਸਿੰਘ ਸੇਂਚਾ, ਮਾਸਟਰ ਮਨਮੋਹਨ ਸਿੰਘ ਜੀ ਚੇਅਰਮੈਨ ਨੇ ਸਾਡੀ ਸੋਸਾਇਟੀ ਦੇ, ਹਰਬੰਸ ਸਿੰਘ ਢਿੱਲੋਂ ਜੀ ਸਾਡੇ ਸਰਪ੍ਰਸਤ ਹੈਗੇ ਨੇ, ਔਰ ਇਸ ਤਰ੍ਹਾਂ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਦਿਨ ਦੇ ਵਿੱਚ ਦੋ ਦੋ ਵਾਰੀ ਆ ਰਹੇ ਨੇ, ਕਿਸ ਤਰ੍ਹਾਂ ਹੋ ਰਿਹਾ ਕੀ ਕਰ ਰਹੇ ਆ, ਕਿਉਂਕਿ ਸਾਰੇ ਹੀ ਇਹ ਸਮਝਦੇ ਪਏ ਨੇ ਡਾਕਟਰ ਸਾਹਿਬ ਜਿਹੜੇ ਸੀ ਉਹ ਇੱਕ ਸਾਰਿਆਂ ਦਾ ਮੇਨ ਧੁਰਾ ਸੀ ਸਾਡੀ ਸੋਸਾਇਟੀ ਦੇ। ਡਾਕਟਰ ਸਾਹਿਬ ਇਹ ਨਤੜਕ ਸਾਫ ਸੁਥਰੇ ਗਿਆਨਵਾਨ ਸੂਝਵਾਨ ਮਤਲਬ ਲੀਡਰ ਸਨ ਸਾਡੇ, ਔਰ ਗੁਰਬਾਣੀ ਦਾ ਬਹੁਤ ਗਿਆਨ ਰੱਖਦੇ ਸੀ, ਜਿਹੜੀ ਸਭ ਤੋਂ ਅੱਛੀ ਮੈਨੂੰ ਗੱਲ ਪ੍ਰੇਰਦੀ ਸੀ ਹਮੇਸ਼ਾ ਮੈਨੂੰ ਉਹਨਾਂ ਨੇ ਗਾਈਡ ਕਰਨਾ, ਔਰ ਗੁਰਬਾਣੀ ਦੇ ਤੌਰ ਤੇ ਉਹਨਾਂ ਨੇ ਮੈਨੂੰ ਮਤਲਬ ਕਰਨਾ ਕਿ ਇਸ ਤਰ੍ਹਾਂ ਅੱਛਾ ਲੱਗਦਾ ਇਸ ਤਰ੍ਹਾਂ ਲੱਗਣਾ, ਔਰ ਉਹਨਾਂ ਦਾ ਗੁਰਬਾਣੀ ਦਾ ਖੁਦ ਉਚਾਰਨ ਬਹੁਤ ਅੱਛਾ ਸੀ ਜੋ ਮੈਨੂੰ ਕੀਲਦਾ ਸੀ ਹਮੇਸ਼ਾ। ਅੱਛੇ ਅੱਛੇ ਵਿਦਵਾਨਾਂ ਨਾਲ ਜਦੋਂ ਇੱਥੇ ਆਉਣਾ, ਉਹਨਾਂ ਨਾਲ ਚਰਚਾ ਕਰਨੀ, ਉਹਨਾਂ ਨਾਲ ਬੈਠਣਾ, ਸਾਖੀਆਂ ਦੇ ਨਹੀਂ ਮਤਲਬ ਦਾ ਪਤਾ ਲੱਗਦਾ ਸੀ, ਤੇ ਉਹਨਾਂ ਨੇ ਹਮੇਸ਼ਾ ਉਹਨਾਂ ਨਾਲ ਵਿਚਾਰ ਕਰਕੇ ਇਸ ਤਰ੍ਹਾਂ ਉਹਨਾਂ ਨੇ ਸਟੇਜਾਂ ਤੇ ਜਦੋਂ ਬੋਲਣਾ ਵਾਹ ਕਮਾਲ ਉਹਨਾਂ ਦੀ ਸਟੇਜ, ਔਰ ਸਰਦਾਰ ਜਗੀਰ ਸਿੰਘ ਉਹਨਾਂ ਦੇ ਨਾਲ ਹਮੇਸ਼ਾ ਸਾਥੀ ਸੀ, ਸੀਨੀਅਰ ਨੇ, ਬਹੁਤ ਅੱਛੇ ਵੱਡੇ ਲੀਡਰ ਨੇ, ਔਰ ਡਾਕਟਰ ਸਾਹਿਬ ਦੇ ਵਿੱਚ
ਔਰ ਮੈਂ ਸਮਝਦਾ ਵਾਂ ਕਿਸੇ ਦੇ ਅਥਰੂ ਨਹੀਂ ਸੁੱਕ ਰਹੇ ਪਰਸੋਂ ਤੋਂ। ਅਸੀਂ ਵੀ ਬੜਾ ਹੌਸਲਾ ਕਰਕੇ ਬੈਠੇ ਹਾਂ ਪਰ ਅੱਜ ਇੰਨਾ ਬੈਡ ਟਾਈਮ ਹੈ। ਮੈਂ ਸਮਝਦਾ ਕਿ ਉਹਨਾਂ ਦੇ ਆਖਰੀ ਸਮੇਂ ਦੇ ਵਿੱਚ ਸ਼ਾਇਦ ਹਜ਼ਾਰਾਂ ਦੀ ਸੰਗਤ ਹੁੰਦੀ ਪਰ ਬੈਡ ਟਾਈਮ ਇਹ ਹੈ ਕਿ ਅਸੀਂ ਸ਼ਾਇਦ ਸਾਨੂੰ ਗੌਰਮੈਂਟ ਦਾ ਕਾਨੂੰਨ ਵੀ ਮੰਨਣਾ ਪਏਗਾ। ਮੈਂ ਸਮਝਦਾ ਕਿ ਇੱਕ ਸਿੱਖਿਆ ਸਾਨੂੰ ਸਾਰੀ ਸੰਗਤ ਨੂੰ ਸਾਰੀ ਦੁਨੀਆਂ ਨੂੰ ਲੈਣੀ ਚਾਹੀਦੀ ਡਾਕਟਰ ਸਾਹਿਬ ਕੋਲੋਂ, ਕਿਉਂਕਿ ਡਾਕਟਰ ਸਾਹਿਬ ਆਪ ਨੇ ਬਹੁਤ ਪ੍ਰਿਕੋਸ਼ਨ ਰੱਖਿਆ ਸੀ ਫਿਰ ਵੀ ਇਸ ਵਾਇਰਸ ਨੇ ਮਤਲਬ ਉਹਨਾਂ ਨੂੰ ਆਪਣੀ ਲਪੇਟ ਚ ਲੈ ਲਿਆ। ਇਸ ਤਰ੍ਹਾਂ ਆਪਾਂ ਵੀ ਆਪਣੇ ਘਰਾਂ ਚ ਰਹੀਏ, ਆਪਣਾ ਇਲਾਜ ਕਰੀਏ, ਜਿਸ ਤਰ੍ਹਾਂ ਵੀ ਜੋ ਵੀ ਸਿਆਣੇ ਵੱਡੇ ਵਡੇਰੇ ਸਾਡੇ ਕਹਿੰਦੇ ਨੇ ਅਸੀਂ ਉਹਨਾਂ ਦਾ ਕਹਿਣਾ ਮੰਨੀਏ। ਅਸੀਂ ਆਪਣੇ ਬੱਚੇ ਭੈਣ ਭਰਾ ਸਾਰਿਆਂ ਨੂੰ ਇੱਕੋ ਹੀ ਸਲਾਹ ਦੇਈਏ, ਵੀਰ ਜੀ ਆਪਾਂ ਬਾਅਦ ਚ ਮਿਲ ਲਵਾਂਗੇ ਕਰ ਲਾਂਗੇ। ਜਿਸ ਤਰ੍ਹਾਂ ਡਾਕਟਰ ਸਾਹਿਬ ਦਾ ਆਪਾਂ ਫਿਨਰੋਲ ਦਾ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਜੇ ਵਿਦਨ ਟਾਈਮ ਮਿਲ ਜਾਏ ਜਿਹੜਾ ਆਣ ਕੇ ਵਿਦਨ ਹੈ ਸ਼ਾਇਦ ਲਾਸਟ ਅਪ੍ਰੈਲ ਔਰ ਜਾਂ ਮਤਲਬ ਅਰਲੀ ਮਈ ਦੇ ਵਿੱਚ ਸਾਨੂੰ ਇੱਕ ਦੋ ਤਿੰਨ ਤਰੀਕ ਤੱਕ ਜਦੋਂ ਵੀ ਮਿਲੇਗਾ ਸਾਨੂੰ ਟਾਈਮ ਅਸੀਂ ਫਿਰ ਸਾਰਿਆਂ ਨੂੰ ਸੂਚਿਤ ਕਰਾਂਗੇ। ਆਪਣੇ ਪੈਣੀ ਸੰਧੂ ਭੈਣ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਸ ਪੰਜਾਬੀ ਦਾ ਖਾਸ ਕਰਕੇ ਵਿਸ਼ੇਸ਼ ਤੌਰ ਤੇ ਜਿਹੜੇ ਜਿਨ੍ਹਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਦੇ ਸਾਰੇ ਨੁਮਾਇੰਦਿਆਂ ਨੂੰ ਡਾਕਟਰ ਸਾਹਿਬ ਨੂੰ ਆਪਣਾ ਭਰਾ ਸਮਝਿਆ ਔਰ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਤੁਸੀਂ ਜਿਹੜਾ ਪ੍ਰੋਗਰਾਮ ਉਹਨਾਂ ਦੀ ਯਾਦ ਦੇ ਵਿੱਚ ਰੱਖ ਕੇ ਕੀਤਾ ਔਰ ਸਾਰੀ ਸੰਗਤ ਨੂੰ ਉਹਨਾਂ ਦੇ ਬਾਰੇ ਦੱਸਿਆ ਕਿਉਂਕਿ ਉਹ ਲੀਡਰ ਵੀ ਇਸ ਤਰ੍ਹਾਂ ਦੇ ਸੀ। ਨਿਊਯਾਰਕ ਕੀ ਉਹਨਾਂ ਨੇ ਦੁਨੀਆਂ ਦੇ ਵਿੱਚ ਵੱਡੇ ਵੱਡੇ ਇਕੱਠ ਜਿਹੜੇ ਨੇ ਵੱਡੀਆਂ ਸਟੇਜਾਂ ਜਿਹੜੀਆਂ ਨੇ ਉੱਥੇ ਆਪਣੀ ਸ਼ਮੂਲੀਅਤ ਆਪਣੀ ਆਪਣਾ ਗੁਣ ਜਿਹੜਾ ਸਾਂਝਾ ਕੀਤਾ। ਇੱਕ ਮੈਂ ਹੋਰ ਉਹਨਾਂ ਬਾਰੇ ਗੱਲ ਕਹਿਣੀ ਚਾਹੁੰਦਾ ਵਾਂ ਜਿਹੜੀ ਬਹੁਤ ਹੀ ਅੱਛੀ ਹੈ ਉਹਨਾਂ ਦੇ ਪਰਿਵਾਰ ਲਈ। ਉਹ ਇੱਕ ਬਹੁਤ ਮਿਹਨਤੀ ਸਾਫ ਸੁਥਰੇ ਅਕਸ ਵਾਲੇ ਇਨਸਾਨ ਸੀ। ਮੈਂ ਸਮਝਦਾ ਜਾਣੇ ਅਣਜਾਣੇ ਡਾਕਟਰ ਸਾਹਿਬ ਕੋਲੋਂ ਕੋਈ ਗਲਤੀ ਹੋਵੇ ਤੇ ਮੈਂ ਉਹਨਾਂ ਦਾ ਪੁੱਤਰ ਹੋਣ ਦੇ ਨਾਤੇ ਤੇ ਸਾਰੀ ਦੁਨੀਆਂ ਕੋਲੋਂ ਸਾਰੀ ਸੰਗਤ ਕੋਲੋਂ ਮਾਫੀ ਮੰਗਣਾ ਵਾ। ਜਾਣੇ ਅਣਜਾਣੇ ਕਿਸੇ ਭਾਈਚਾਰੇ ਦੇ ਵਿੱਚ ਕਿਸੇ ਭੈਣ ਭਰਾ ਕੋਲੋਂ ਕੋਈ ਵੱਧ ਘੱਟ ਸ਼ਬਦ ਨਿਕਲ ਗਿਆ ਹੋਵੇ ਤੇ ਉਹਨਾਂ ਵੱਲੋਂ ਦਾਸ ਖਿਮਾ ਮੰਗਦਾ, ਕਿਉਂਕਿ ਦਾਸ ਕੋਲ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਦੇ ਸੇਵਾਦਾਰ ਪ੍ਰਧਾਨ ਅਮਰੀਕ ਸਿੰਘ ਜੀ ਪਹੇਵਾ ਜੋ ਕਿ ਮੇਰੇ ਸਾਥੀ ਹਨ ਉਹਨਾਂ ਦਾ ਵੀ ਵੱਲੋਂ ਵੀ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਹਰਕਿਰਤ ਜੀ ਔਰ ਤੁਹਾਡਾ ਬਹੁਤ ਬਹੁਤ ਧੰਨ ਦਿਲੋ ਔਰ ਪੈਣੀ ਸੰਦੂਕ ਦਾ ਔਰ ਮੈਂ ਸਮਝਦਾ ਹੈਗਾ ਕਿ ਸਾਰੀ ਟੀਮ ਦਾ ਮੈਂ ਬਹੁਤ ਸਤਿਕਾਰ ਕਰਨਾ ਵਾਂ ਤੇ ਧੰਨਵਾਦ ਕਰਦਾ। ਮਿਹਰਬਾਨੀ ਤੁਹਾਡੀ ਜਸਵਿੰਦਰ ਸਿੰਘ ਜੱਸੀ ਜੀ। ਸੋ ਇਹ ਸੀਗੇ ਜਸਵਿੰਦਰ ਸਿੰਘ ਜੱਸੀ, ਮੁੱਖ ਸੇਵਾਦਾਰ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ, ਡਾਕਟਰ ਚਰਨ ਸਿੰਘ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹੋਏ। ਤਾਂ ਅਜਿਹੀਆਂ ਸ਼ਖਸੀਅਤਾਂ ਜੋ ਕਿ ਕਮਿਊਨਿਟੀ ਨੂੰ ਬਹੁਤ ਕੁਝ ਦੇ ਕੇ ਜਾਂਦੀਆਂ, ਜਦੋਂ ਵਿਛੋੜਾ ਕਰਦੀਆਂ ਤਾਂ ਵਾਕਈ ਹੀ ਫਿਰ ਉਹਨਾਂ ਨੂੰ ਯਾਦ ਕਰਨਾ ਔਰ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਔਰ ਉਹਨਾਂ ਦਾ ਯੋਗਦਾਨ ਕਮਿਊਨਿਟੀ ਨੂੰ ਦੱਸਣਾ ਵੀ ਸਾਡੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਜਸ ਪੰਜਾਬੀ ਨੇ ਸਮਝਿਆ ਅਤੇ ਤੁਹਾਡੇ ਸਾਹਮਣੇ ਪੇਸ਼ ਵੀ ਕੀਤਾ। ਤੁਸੀਂ ਵੀ ਸਾਨੂੰ ਭੇਜ ਸਕਦੇ ਹੋ ਜੇਕਰ ਤੁਹਾਨੂੰ ਵੀ ਕੋਈ ਹੈਲਪ ਦੀ ਲੋੜ ਹੈਗੀ ਹੈ ਜਾਂ ਫਿਰ ਕੋਈ ਵੀ ਵਿਚਾਰ ਤੁਸੀਂ ਸਾਡੇ ਨਾਲ ਰੱਖਣਾ ਚਾਹੁੰਦੇ ਹੋ ਜਾਂ ਫਿਰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਰਿਹਾ ਤਾਂ helpline@justbroadcasting.com ਇਹ ਇਸ ਕਰਕੇ ਬਣਾਈ ਗਈ ਹੈ, ਇਹ ਮੰਚ ਇਸ ਕਰਕੇ ਬਣਾਇਆ ਗਿਆ ਤਾਂ ਕਿ ਤੁਹਾਡੇ ਜਿਹੜੇ ਦਰਦ ਨੇ ਉਹ ਜਸ ਪੰਜਾਬੀ ਸਮਝ ਸਕੇ ਔਰ ਉਹਨਾਂ ਦਰਦਾਂ ਦੇ ਉੱਤੇ ਜਿਹੜੀ ਹੈਗੀ ਹੈ ਕੋਸ਼ਿਸ਼ ਹੈ ਕਿ ਉਹਨੂੰ ਮੱਲਮ ਲਾ ਕੇ ਉਹਦੇ ਉੱਤੇ ਇੱਕ ਮੈਡੀਕਲ ਏਡ ਤਾਂ ਮੈਂ ਕਹਾਂਗਾ ਕਿ ਅਸੀਂ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਦਰਦ ਨੇ ਉਹਨਾਂ ਨੂੰ ਭਰਿਆ ਜਾ ਸਕੇ। ਭਾਵੇਂ ਤੁਸੀਂ ਕਿਸੇ ਵੀ ਸਿਟੀ ਦੇ ਵਿੱਚੋਂ, ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਕਿਸੇ ਵੀ ਡਿਸਟ੍ਰਿਕਟ ਦੇ ਵਿੱਚੋਂ ਸਾਨੂੰ ਈਮੇਲ ਰਾਹੀਂ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਜਾਂ ਫਿਰ ਆਪਣੀ ਕੋਈ ਵੀ ਦਿੱਕਤ ਆ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਟੀ ਵੀ ਸਕਰੀਨ ਦੇ ਉੱਤੇ ਜਿਹੜਾ ਵਟਸਐਪ ਨੰਬਰ ਚੱਲ ਰਿਹਾ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਟੈਕਸਟ ਕਰ ਸਕਦੇ ਹੋ। ਮੈਂ ਸੀਗਾ ਹਰਕਿਰਤ ਸਿੰਘ ਆਲੂਵਾਲੀਆ, ਧੰਨਵਾਦ, ਸਤਿ ਸ੍ਰੀ ਅਕਾਲ।